ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਾਂਜੀ ਸੀਐਮ ਭਗਵੰਤ ਮਾਨ ਦਾ ਔਰਤਾਂ ਲਈ ਵੱਡਾ ਤੋਹਫਾ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤ ਤੋਂ ਆ ਲੈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬ ਵਿੱਚ ਆਮ ਆਦਪੜੀ ਦੀ ਸਰਕਾਰ ਬਣ ਗਈ ਹੈ ભગવંતમાન 16 માર્ચ ਨੂੰ મુખ્યમંત્રી યદ્ધદીસ હો ચુકકનગે اس ਦੌਰਾਨ ਸਾਰਿਆਂ ਦੀ ਨਜ਼ਰ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਚੋਣਵਾਦੇ ਉੱਤੇ ਟਿਕੀਆਂ ਹੋਈਆਂ ਨੇ ਦੱਸਦੀ ਕਿ ਆਪ ਦੇ ਲੋਕਾਂ ਨਾਲ ਵੱਡੇ વાਦੇ ਕੀਤੇ ਜਿਨ੍ਹਾਂ ਵਿੱਚ 24 ਘੰਟੇ ਬਿਜ਼ਨਸ ਸਪਲਾਈ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਬਿਜਲੀ ਦੇ ਘਰੇਲੂ ਬਿੱਲ ਪੁਰਾਣੇ ਬਕਾਏ ਬਿੱਲ ਮਾਫ ਦਿੱਤੇ ਜਿਸ ਤੇ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਵਾਰਡ ਤੇ ਪਿੰਡ ਵਿੱਚ 16000 ਕਲੀਨਿਕ ਖੋਲੇ ਜਾਣਗੇ ਸਸਤਾ ਤੇ ਵਧੀਆ ਮੁਫਤ ਇਲਾਜ ਕਰਾਣਾ ਦੀ ਕਿਸਾਨਾਂ ਦੀ ਕਰਜ਼ਾ ਮਾਫੀ ਮੁਫਤ ਬਿਜਲੀ 2500 ਬੁਢਾਪਾ ਪੈਨਸ਼ਨ ਤੇ ਪੁਲਿਸ ਲਈ 8 ਘੰਟੇ ਡਿਊਟੀ ਸਿਸਟਮ ਲਾਗੂ ਕਰਨਾ ਸ਼ਾਮਲ ਹੋਵੇਗਾ ਦੱਸਦੀ ਕਿ ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਏਗਾ ਹਰ ਬੱਚੇ ਦੀ ਪਹਿਲੀ ਤੋਂ ਡਿਗਰੀ ਤਾਕਮ ਮੁਫਤ ਸਿੱਖਿਆ ਐਸਟੀ ਪਾਈ ਜਾ ਰਹੇ ਦੇ ਬੱਚਿਆਂ ਦੇ ਲਈ ਪੇਸ਼ੇਵਰ ਕੋਰਸਾਂ ਵਿੱਚ ਦਾਖਲ ਲਈ ਕੋਚਿੰਗ ਫੀਸ ਸਰਕਾਰ ਭਰੇਗੀ ਦੱਸਦੀ ਕਿ ਜੇਕਰ ਐਸਟੀ ਬੱਚਾ ਬੀਏ ਐਮਏ ਦੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੇਗਾ ਤਾਂ ਸਰਕਾਰ ਖਰਚਾ ਕਰੇਗੀ ਸਾਰੇ ਕੱਚੇ ਧਿਆਪਕ ਪੱਕੇ ਹੋਣਗੇ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਵਿਦੇਸ਼ਾ ਤੋਂ ਸਖਲਾਈ ਦਵਾਈ ਜਾਏਗੀ ਸਮੇਂ ਸਿਰ ਪ੍ਰਮੋਸ਼ਨ ਕਲੈਕਸ਼ਨਸ بیمਾ ਤੇ ਗੈਰ ਵਿਦਿਅਕ ਕੰਮ ਨਹੀਂ ਲਏ ਜਾਣਗੇ ਖਬਰਾਂ ਲਾ ਸਕਦੇਖਲ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ